ਸੱਖੇ ਬਾਲ ਲੈ ਜਾ ਫੜ ਲੈ ਜਰਾ ਉਧਰ ਛੱਡ ਦੇ ਆ ਵਾਲੀ ਬਾਲ ਓ ਹੈਲੋ ਲੈ ਬਈ ਛੱਡ ਦੇ ਆ ਆਪਣੇ ਬਾਬੜਾ ਜਾ ਬਾਲ ਪਾ ਲੈ ਲਈ ਆ ਛੱਡ ਦੇ ਆ ਅੰਦਰ ਦੇ ਪਿਆਰ ਦੇ ਸਿੱਕੇ ਕਿੰਨੇ ਕੇ ਬਾਈ ਦੋਨੋਂ ਟੀਮਾਂ ਦੇ ਇਧਰ ਆ ਉਧਰ ਲਾਸਟ ਨੰਬਰ ਦੀ ਬਈਆਂ ਦੀ ਟੀਮ ਦਾ ਹੈ ਦੋ ਨੰਬਰ ਗਾਂਡ ਦੇ ਵਿੱਚ ਜਿਹੜੀ ਟੀਮ ਖੇਡ ਰਹੀ ਹੈ ਜੀ ਫੁੱਟਬਾਲ ਦੇ ਗਰਾਊਂਡ ਵਾਲੇ ਪਾਸੇ ਆ ਬਈਆਂ ਪਿੰਡਾਂ ਮੰਗਾਂ ਦਾ ਲਾਸਟ ਨੰਬਰ ਤੇ ਇਧਰਲੇ ਪਾਸੇ ਕਮਾਲ ਜਿਹੜੀ ਸਰਦਾਰ ਨੇ ਕਰ ਦਿੱਤੀ ਹੈ ਇੱਕ ਤਗੜੇ ਅੰਕ ਦਾ ਸਾਡਾ ਮੰਗੇ ਨੇ ਕਾਂਗੇ ਪਾਦੇ ਨੰਬਰ ਜਿਹੜਾ ਕਿਸੇ ਨੇ ਕਹਿੰਦੇ ਸ਼ਰਨਾ ਦੀ ਟੀਮ ਦੇ ਚਾਟੇ ਵੀ ਵੱਜ ਰਹੇ ਆ ਟੀਮ ਉਧਰਲੇ ਪਾਸੇ ਵੀ ਵੱਡੀ ਹੈ ਨੇੜੇ ਮੁੰਡਾ ਸ਼ਾਂਤੀ ਖੇਡਦਾ ਨਾਲ ਮੁੰਡਾ ਗਗਨ ਖੇਡਦਾ ਬਈਆਂ ਦੀ ਧਰਤੀ ਦਾ ਅਹੰਕਾਰ ਨੂੰ ਦੁਨੀਆਂ ਜਾਣਦੀ ਹੈ ਮੁੰਡਾ ਵਧੀਆ ਡਿਫੈਂਸਰ ਬਣ ਗਿਆ ਫੌਜੀ ਸੈਨਾ ਦੇ ਵਿੱਚ ਪਰ ਹੁਣ ਕਹਿੰਦੇ ਆਹਨ ਸੋਚਾਂ ਦੇ ਵਿਚਾਰਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਚੰਗੀਆਂ ਸੋਚ ਵਿਚਾਰਾਂ ਜਾਂ ਮਿਲਦੀਆਂ ਫਿੱਟ ਵਿਚਾਰਾਂ ਤੇ ਕਿੰਨੇ ਦੀ ਜਿੱਤੀ ਵਿੱਚ ਤਾਰਾਂ ਤੇ ਮੋਕੀ ਹੋਰ ਵੀ ਮੋਖਾ ਲਾਸੀ ਜਾਂਦੇ ਮਾਪੇ ਜਲਾਲ ਦੀ ਆਰ ਬੀ ਦੇ ਬੜੇ ਰਾਜ ਭਾਈ ਗਰਾਊਂਡ ਨੰਬਰ ਤਿੰਨ ਦੇ ਵਿੱਚ ਮੈਚ ਹੋਵੇਗਾ ਜਲਾਲ ਦੀ ਆਰ ਬੀ ਗੋਸੀ ਸ਼ੂਟ ਮੈਂ ਨੰਗੂ ਅੱਜ ਤੱਕ ਗੋਸੀ ਜੀ ਕਹੋ ਗੋਸੀ ਕਿਹਾ ਸੀ ਨਾ ਨੰਗੂ ਸੂਟ ਵੀ ਅੱਜ ਬਈਆਂ ਦੀ ਟੀਮ ਜਿਹੜੀ ਮੈਂ ਜਿੱਤ ਗਈ ਤੇ ਸਾਡੇ ਪਟਵਾਰੀ ਸਾਹਿਬ ਛੇ ਤੜ ਦੇ ਪੁੱਜੇ ਨਹੀਂ ਹੈ ਮੋਟਰਸਾਈਕਲ ਦੀ ਚਾਬੀ ਡਿੱਗੀ ਆ ਕਿਹੜੇ ਭਰਾ ਦੀ ਚਾਬੀ ਉਹਦੇ ਸਟੇਜ ਤੇ ਆ ਕੇ ਸਾਡੇ ਕੋਲ ਲਿਜਾ ਸਕਦੇ ਹੋ ਮੋਟਰਸਾਈਕਲ ਦੀ ਚਾਬੀ ਕਿਸੇ ਭਰਾ ਦੀ ਟੋਲ ਨੰਬਰ ਗਾਲੀਵਾਲ ਦੇ ਗਰਾਊਂਡ ਉੱਤੇ ਮਿਲੀ ਹੈ ਕਿਹੜੇ ਭਰਾ ਦੀ ਚਾਬੀ ਉਹਦੇ ਕਰਤਾ ਕਰਕੇ ਜ਼ਰੂਰ ਆ ਕੇ ਸਾਡੇ ਨਾਲ ਸੰਪਰਕ ਕਰ ਲਵੇ ਬਾਈ ਗਰਾਊਂਡ ਵੇਖੋ ਯਾਰ ਦੋਨੇ ਵੇਲੇ ਹੋ ਗਏ ਆਪਣੇ ਕੋਲ ਬੇਨਤੀ ਆ ਰਾਜਕੋਟ ਸੀ ਤੇ ਕਾਲਸਾ ਏ ਗੋਪੀ ਸੁੱਖਾ ਮੈਚ ਆ ਬਾਈ ਗਰਾਊਂਡ ਨੰਬਰ ਦੋ ਦੇ ਵਿੱਚ ਆਓ ਮੈਚ ਖੇਡਣ ਦੇ ਲਈ ਰਾਜਕੋਟ ਸੀ ਤੇ ਕਾਲਸਾ ਏ ਦੀ ਟੱਕਰ ਹੈ ਗਰਾਊਂਡ ਨੰਬਰ ਦੋ ਦੇ ਵਿੱਚ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਤਿੰਨ ਨੰਬਰ ਗਰਾਊਂਡ ਦੇ ਵਿੱਚ ਮੈਚ ਜਿਹੜਾ ਖੇਡਿਆ ਜਾਣਾ ਜਲਾਲ ਦੀ ਵਾਲ ਬੀ ਤੇ ਗੰਗੋਰਾ ਬੀ ਇਹ ਟੀਮਾਂ ਦੀ ਦੋ ਮਿੰਟ ਦੇ ਸਮਾਂ ਕਰੇ ਦੋ ਮਿੰਟ ਦਾ ਸਮਾਂ ਕਿਰਪਾ ਕਰਕੇ ਟੀਮਾਂ ਦੇ ਪਲੇਅਰ ਉਹ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਕਿਉਂ ਕੁੱਟਦੇ ਸਾਨੂੰ ਖੇਡਣਾ ਵੀ ਹੈਲੋ ਬਾਈ ਜੀ ਬਈਆਲ ਦੀ ਟੀਮ ਦਾ ਇੱਕ ਰੈਫਰੀ ਆ ਗਿਆ ਦੋ ਨੰਬਰ ਗਾਂਡ ਦੇ ਵਿੱਚ ਬਈਆਲ ਦੀ ਟੀਮ ਦੇ ਲਈ ਮੈਚ ਜਿੱਤੀ ਆ ਮੇਰੀ ਬੇਨਤੀ ਹੈ ਜੀ ਬਈਆਲ ਦੀ ਟੀਮ ਦਾ ਇੱਕ ਖਿਡਾਰੀ ਆ ਕੇ ਮੈਚ ਕਰਾ ਕੇ ਜਾਵੇ
ਟੂਰਨਾਮੈਂਟ ਗਰਾਊਂਡ ਦੇ ਵਿੱਚ ਮੈਂ ਜਿਹੜਾ ਸੁਣਿਆ ਖੇਡੇ ਜਾ ਰਹੇ ਹਨ ਪਿੰਡ ਦੀ ਟੀਮ ਜਿਹੜੀ ਹੈਗੀ ਆ ਗੋਸੀ ਵਰਗੇ ਜਿੱਤ ਰਹੀ ਹੈ ਆਹ ਮੁੰਡੇ ਅੰਦਰ ਦੇ ਬਹੁਤ ਤਕੜੇ ਪਲੇਅਰ ਹੈ ਰਾਏਗੜ ਦਾ ਨਾਮ ਜਿਹੜਾ ਬਾਲੀਵਾਲ ਦੀ ਦੁਨੀਆ ਦੇ ਵਿੱਚ ਮੁੰਡਿਆਂ ਨੇ ਬਣਾਇਆ ਯਾਰ ਗਗਣਾ ਇੰਨਾ ਐਂਗਲ ਕੀ ਲੈਣਾ ਸੀ ਹੈਪੀ ਵਰਗੇ ਖੇਡਣਗੇ ਮੇਰੀ ਬੇਨਤੀ ਹੈ ਤਾਂ ਜਲਦੀ ਜਿਹੜਾ ਇਹਦੀ ਮੈਚ ਸ਼ੁਰੂ ਕਰਾ ਦਈਏ ਟਾਈਲਸਾਂ ਦੀ ਟੀਮ ਜਿਹੜਾ ਮੈਚ ਹੈ ਤਿੰਨ ਨੰਬਰ ਇਹਨਾਂ ਦੇ ਵਿੱਚ ਜਲਾਲ ਦੀ ਆਪਦੀ ਬੀ ਟੀਮ ਆ ਜਿਹੜੇ ਟੂਰਨਾਮੈਂਟ ਦਾ ਸਮਾਂ ਕਮੇਟੀ ਰਹੀ ਬਾਈ ਜਲਾਲ ਦੀ ਆਪਦੀ ਬੀ ਟੀਮ ਦੇ ਕੋਲ ਉਸ ਤੋਂ ਬਾਅਦ ਮੇਰੀ ਰੈਫਰੀ ਸਾਹਿਬ ਨੂੰ ਬੇਨਤੀ ਹੈ ਜਿੰਨੇ ਪਲੇਅਰ ਬਾਈ ਇਹਨਾਂ ਦੇ ਹੈਗੇ ਤੇ ਉਹਨਾਂ ਦਾ ਮੈਚ ਸ਼ੁਰੂ ਕਰਾ ਦਿਓ ਇਹ ਕਮੇਟੀ ਵੱਲੋਂ ਫੈਸਲਾ ਬਾਈ ਸਾਰੇ ਵੀਰ ਨੋਟ ਕਰ ਲੈਣ ਦੋ ਮਿੰਟ ਦਾ ਸਮਾਂ ਦੇ ਕੇ ਜਿੰਨੇ ਪਲੇਅਰ ਉਹਨਾਂ ਦੇ ਆਉਂਦੇ ਆ ਤੇ ਉਹਨਾਂ ਦਾ ਮੈਚ ਹੁਣ ਆਪਾਂ ਸ਼ੁਰੂ ਕਰਾ ਦੇਵਾਂਗੇ ਤਿੰਨ ਨੰਬਰ ਗਰਾਊਂਡ ਦੇ ਵਿੱਚ ਆਓ ਜੀ ਰਾਏਗੜ੍ਹ ਦੀ ਟੀਮ ਵੀ ਗਰਾਊਂਡ ਦੇ ਵਿੱਚ ਆ ਗਈ ਹੈ ਤੇ ਕਾਲਸਾ ਦੇ ਮੁੰਡੇ ਵੀ ਆ ਗਏ ਨੇ ਤੇ ਪਹਿਲੇ ਮੈਚ ਦੀ ਸ਼ੁਰੂਆਤ ਹੋ ਰਹੀ ਜੀ ਦੋ ਨੰਬਰ ਗਰਾਊਂਡ ਦੇ ਵਿੱਚ ਰਾਏਗੜ੍ਹ ਵਾਲੇ ਗੋਪੀ ਹੋਣੀ ਜਿੰਦਰ ਵਰਗੇ ਮੁੰਡੇ ਅੰਡਰ ਦੇ ਵੀ ਜਿੰਨੇ ਮੇਲੇ ਖੇਡਦੇ ਤੇ ਮੇਲੇ ਜਿੱਤ ਲੈਂਦੇ ਆ ਪਰ ਅੱਜ ਕਹਿੰਦੇ ਆ ਗੱਲਾਂ ਸੁਣ ਟਿਕਾਣੇ ਲੱਗਣ ਗਿਆ ਕਹਿੰਦੇ ਪਿੰਡ ਦਾ ਮੇਲਾ ਹੈ ਤੇ ਪਿੰਡ ਦੇ ਵਿੱਚ ਖੇਡਣਾ ਵੀ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਗੱਲ ਉਹਦੀ ਪੱਕੀ ਹੈ ਮੇਰੀ ਬੇਨਤੀ ਹੈ ਤਾਂ ਮੈਚ ਹੁਣ ਜਲਦੀ ਸ਼ੁਰੂ ਕਰਾ ਦਈਏ ਹੰਕਾਰ ਮਾਰ ਦੇ ਸਾਹਮਣੇ ਮੈਚ ਸ਼ੁਰੂ ਕਰਾਈਏ ਮੇਰੇ ਭਰਾ ਉਧਰ ਕਮੈਂਟਰੀ ਵੀ ਸਰ ਆਏ ਛੂਟ ਛੱਕ ਦੀ ਟੀਮ ਜਿੱਤ ਗਈ ਟੀਮਾਂ